ਕਾਫਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿਰਲੇਪ ਕੈਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਪ੍ਰੋਗਰਾਮ ਫਾਈਨੈਂਸ਼ੀਅਲ ਟਾਕ ਲੈ ਕੇ ਮੈਂ ਬਲਜੀਤ ਢੀਂਸਾ ਨਾਲ ਹਾਜ਼ਰ ਹਾਂ। ਆਓ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਅਤੇ ਫਿਰ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਪ੍ਰੋਗਰਾਮ ਦੇ ਵਿੱਚ ਬਲਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਮੇਰੇ ਵੱਲੋਂ ਵੀ ਸਾਰਿਆਂ ਨੂੰ ਗੁੱਡ ਆਫਟਰਨੂਨ। ਸੋ ਜਿਸ ਤਰ੍ਹਾਂ ਆਪਾਂ ਜ਼ਿੰਦਗੀ 'ਚ ਵੇਖਦੇ ਹਾਂ ਕਿ ਜਿਹੜੀਆਂ ਸਾਡੀਆਂ ਜ਼ਿੰਦਗੀ ਦੀਆਂ ਲੋੜਾਂ ਨੇ, ਜਿਵੇਂ ਰੋਟੀ, ਕੱਪੜਾ, ਮਕਾਨ, ਇਹ ਸਾਡਾ ਅਤਿਅੰਤ ਜ਼ਰੂਰੀ ਆ, ਸਾਨੂੰ ਇਹ ਸਾਡੀ ਬੇਸਿਕ ਨੀਡ ਹੈਗੀ ਆ। ਔਰ ਜਿਵੇਂ ਜਿਵੇਂ ਸਾਇੰਸ ਨੇ, ਵਿਗਿਆਨ ਨੇ ਤਰੱਕੀ ਕੀਤੀ ਆ, ਉਸ ਤਰ੍ਹਾਂ ਸਾਡੀਆਂ ਜਿਹੜੀਆਂ ਲੋੜਾਂ ਹੈਗੀਆਂ ਉਹਨਾਂ ਦੇ ਵਿੱਚ ਚੇਂਜਸ ਆਈਆਂ ਹੈਗੀਆਂ। ਪਰ ਜਿਹੜੀ ਬੇਸਿਕ ਨੀਡ ਆਪਾਂ ਕਹਿ ਲਈਏ ਰੋਟੀ, ਕੱਪੜਾ, ਮਕਾਨ ਤੋਂ ਅੱਗੇ ਜਾ ਕੇ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਲੋੜਾਂ ਹੈਗੀਆਂ ਉਹ ਕਿਵੇਂ ਅਸੀਂ ਪੂਰੀਆਂ ਕਰਨੀਆਂ, ਜਾਂ ਜਿਹੜਾ ਸਾਡਾ ਜਿਹੜਾ ਇਨਕਮ ਹੈ ਜਿਹੜੀ ਇਸ ਦੌਰ ਦੇ ਵਿੱਚ ਉਹਦੀ ਰਿਪਲੇਸਮੈਂਟ ਕਿਵੇਂ ਹੋ ਸਕਦੀ ਆ, ਜੇਕਰ ਸਾਡੀ ਜ਼ਿੰਦਗੀ ਨਹੀਂ ਰਹਿੰਦੀ ਤਾਂ ਉਹ ਕਿਸ ਤਰ੍ਹਾਂ ਚੱਲੇ। ਸੋ ਇਹਨਾਂ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਦਾ ਜਿਹੜਾ ਇੱਕੋ ਇੱਕ ਹੱਲ ਹੈ ਉਹ ਹੈਗਾ ਜੀ ਆਪਣਾ ਲਾਈਫ ਇੰਸ਼ੋਰੈਂਸ। ਸੋ ਬਲਜੀਤ ਜੀ, ਆਪਾਂ ਜੇ ਗੱਲ ਕਰੀਏ ਜਿਵੇਂ ਬੇਸਿਕ ਨੀਡਸ ਦੀ ਆਪਾਂ ਗੱਲ ਕੀਤੀ ਆ, ਸੋ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਬੇਸਿਕ ਨੀਡਸ ਆ, ਇੰਸ਼ੋਰੈਂਸ ਕਿਹੜੀਆਂ ਕਿਹੜੀਆਂ ਬੇਸਿਕ ਸਾਨੂੰ ਇੰਸ਼ੋਰੈਂਸ ਹੋਣੀ ਚਾਹੀਦੀ, ਹਰ ਇੱਕ ਬੰਦੇ ਕੋਲ ਇੰਸ਼ੋਰਡ ਹੋਣਾ ਚਾਹੀਦਾ ਤਾਂ ਕਿ ਜਿਹੜਾ ਉਹਦਾ ਆਪਦਾ ਆਉਣ ਵਾਲਾ ਭਵਿੱਖ ਜਾਂ ਉਹਦੀ ਆਪਦੀ ਲਾਈਫ 'ਚ ਉਦੋਂ ਬਾਅਦ ਜਦੋਂ ਆਪਾਂ, ਕਿਉਂਕਿ ਆਪਾਂ ਨੂੰ ਪਤਾ ਆਪਾਂ ਨਹੀਂ ਰਹਿਣਾ ਸਾਰੀ ਇਸ ਦੁਨੀਆ 'ਤੇ ਸਾਰਿਆਂ ਨੇ, ਸੋ ਉਦੋਂ ਬਾਅਦ ਵੀ ਜਿਹੜੀ ਜ਼ਿੰਦਗੀ ਆ ਬਾਕੀ ਪਰਿਵਾਰਾਂ ਦੀ ਚੱਲਦੀ ਰਹੇ, ਸੋ ਕਿਹੜੀਆਂ ਕਿਹੜੀਆਂ ਬੇਸਿਕ ਜਿਹੜੀਆਂ ਇੰਸ਼ੋਰੈਂਸ ਹੈਗੀਆਂ ਉਹ ਸਾਨੂੰ ਲੈਣੀਆਂ ਚਾਹੀਦੀਆਂ ਜਾਂ ਜ਼ਰੂਰੀ ਸਮਝਦੇ ਹਾਂ ਤੁਸੀਂ? ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਭਾਅ ਜੀ, ਜਿੱਦਾਂ ਕਹਿ ਲਓ ਵੀ ਡਿਸੇਬਿਲਟੀ ਇੰਸ਼ੋਰੈਂਸ ਪਲਾਨ ਜਾਂ ਕਹਿ ਲਓ ਵੀ ਇਨਕਮ ਰਿਪਲੇਸਮੈਂਟ ਪਲਾਨ, ਕਿਉਂਕਿ ਜਿਸ ਕਰਕੇ ਜਿੱਦਾਂ ਆਪਾਂ ਦੇਖਿਆ ਜਾਵੇ ਤਾਂ ਅਗਰ ਆਪਾਂ ਕੰਮ ਕਰ ਰਹੇ ਹਾਂ, ਜੇ ਅਗਰ ਆਪਣੀ ਇਨਕਮ ਕਿਸੇ ਕਾਰਨ ਕਰਕੇ ਸਟਾਪ ਹੋ ਜਾਂਦੀ ਆ ਅਤੇ ਆਪਣਾ ਜਿਹੜਾ ਪਹਿਲਾਂ ਜਿਹੜਾ ਉਹਦਾ ਕਹਿ ਲਓ ਵੀ ਪ੍ਰਭਾਵ ਕਹਿ ਲਓ ਜਾਂ ਜਿਹੜੇ ਆਪਣੇ ਬਿੱਲਸ ਵਗੈਰਾ ਆਪਾਂ ਦੇ ਰਹੇ ਹਾਂ ਉਹਨਾਂ 'ਤੇ ਪੈਂਦਾ ਆ। ਦੂਸਰਾ ਆਪਣੀ ਹੋ ਜਾਂਦਾ ਹੈ ਭਾਅ ਜੀ ਵੀ ਜਿੱਦਾਂ ਆਪਾਂ ਬਿੱਲਾਂ 'ਤੇ ਪੈ ਗਿਆ, ਦੂਸਰੀ ਹੈਗੀ ਆ ਬੈਂਕਰਪਸੀ, ਤੀਸਰਾ ਆਪਣਾ ਹੋ ਜਾਂਦਾ ਹੈ ਵੀ ਜਿੱਦਾਂ ਆਪਣਾ ਕ੍ਰੈਡਿਟ ਹਿਸਟਰੀ ਜਿਹੜੀ ਆ ਉਹ ਵੀ ਖਰਾਬ ਹੋ ਜਾਂਦੀ ਆ, ਉਹਦੇ ਕਾਰਨ ਆਪਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਕਈ ਵਾਰੀ ਆਪਾਂ ਸੋਚਦੇ ਹਾਂ ਵੀ ਆਪਣੀ ਜਿਹੜੀ ਆ ਇਨਕਮ ਆ ਵੀ ਉਹਨੂੰ ਅਸੀਂ ਜੇ ਅਗਰ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਇੰਸ਼ੋਰੈਂਸ ਲੈਂਦੇ ਹਾਂ ਅਤੇ ਆਪਾਂ ਨੂੰ ਕਈ ਵਾਰੀ ਭਾਅ ਜੀ ਆਪਾਂ ਇੱਦਾਂ ਸੋਚ ਲੈਂਦੇ ਹਾਂ ਵੀ ਜਿਹੜਾ $50 $100 ਦਾ ਪਲਾਨ ਅਸੀਂ ਲੈ ਰਹੇ ਹਾਂ ਆਪਾਂ ਨੂੰ ਉਹ ਕਈ ਵਾਰੀ ਕਹਿੰਦੇ ਹਾਂ ਵੀ ਉਹ ਵੇਸਟ ਹੋ ਰਹੀ ਆ ਪੈਸਾ, ਪਰ ਇੱਦਾਂ ਨਹੀਂ ਸੋਚਣਾ ਚਾਹੀਦਾ। ਅਗਰ ਤੁਸੀਂ ਪ੍ਰੋਪਰ ਪਲੈਨਿੰਗ ਕਰਕੇ ਚੱਲਦੇ ਹਾਂ ਅਤੇ ਆਪਾਂ ਜਿਹਦੇ ਨਾਲ ਕਹਿੰਦੇ ਹਾਂ ਵੀ ਆਪਾਂ ਰੋਟੀ, ਕੱਪੜਾ ਔਰ ਮਕਾਨ ਦੀ ਮੈਂਸ਼ਨ ਕੀਤੀ ਆ, ਇਹ ਚੀਜ਼ਾਂ ਜਿਹੜੀਆਂ ਆਪਣਾ ਲਾਈਫ ਸਟਾਈਲ ਆ, ਆਪਣਾ ਫੂਡ ਲੈ ਲਓ, ਸ਼ੈਲਟਰ ਲੈ ਲਓ, ਆਪਣਾ ਘਰ ਜਿਹੜਾ ਆ, ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਕਿਵੇਂ ਆ ਇੱਕ ਇਨਕਮ ਦੇ ਬੇਸ 'ਤੇ। ਅਗਰ ਤੁਹਾਡੀ ਇਨਕਮ ਹੀ ਸਟਾਪ ਹੋ ਜਾਂਦੀ ਆ ਕਿਸੇ ਕਾਰਨ ਕਰਕੇ, ਅਗਰ ਕੋਈ ਸਿਕਨਾ ਜਾ ਆ ਜਾਂਦੀ ਆ ਜਾਂ ਕੋਈ ਇੰਜਰੀ ਹੋ ਜਾਂਦੀ ਆ ਕਿਸੇ ਕਾਰਨ ਕਰਕੇ, ਤੁਹਾਡੀ ਇਨਕਮ, ਤੁਸੀਂ ਕੰਮ 'ਤੇ ਨਹੀਂ ਜਾ ਸਕਦੇ ਹੈਗੇ, ਰਾਈਟ? ਉਹ ਅਤੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਆਪਾਂ ਨੂੰ ਇਹ ਜਿਹੜੀ ਇੰਸ਼ੋਰੈਂਸ ਅੱਜ ਆਪਾਂ ਗੱਲ ਕਰ ਰਹੇ ਹਾਂ ਡਿਸੇਬਿਲਟੀ ਇੰਸ਼ੋਰੈਂਸ, ਉਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਵਾਂਗੇ। ਕਈ ਵਾਰੀ ਆਪਣੇ ਸੁਣਨ ਵਿੱਚ ਵੀ ਆਇਆ ਭਾਅ ਜੀ, ਆਪਾਂ ਸੋਚਦੇ ਹਾਂ ਕਿ ਜਿਹੜਾ ਆਪਣਾ ਘਰ ਆ ਉਹ ਮੇ ਬੀ ਸਾਰਿਆਂ ਤੋਂ ਮੋਸਟ ਇੰਪੋਰਟੈਂਟ ਕਹਿ ਲਓ, ਜਾਂ ਉਹ ਜਿਹੜੀ ਐਸੈਟ ਆ ਉਹ ਸਾਰਿਆਂ ਤੋਂ ਇੰਪੋਰਟੈਂਟ ਆ, ਜਾਂ ਸਾਡੀ ਕਾਰ ਅਸੀਂ ਮਹਿੰਗੀ ਲਈ ਆ ਉਹ ਆ, ਪਰ ਅਗਰ ਦੇਖਿਆ ਜਾਵੇ ਤਾਂ ਇਹਨਾਂ ਚੀਜ਼ਾਂ ਨੂੰ ਚਲਾ ਕੌਣ ਰਿਹਾ ਆ? ਉਹ ਹੈਗੀ ਤੁਹਾਡੀ ਇਨਕਮ, ਰਾਈਟ? ਸੋ ਤੁਸੀਂ ਬਿਲੀਵ ਨਹੀਂ ਕਰੋਗੇ ਭਾਅ ਜੀ, ਜਦੋਂ ਆਪਾਂ ਸਟੈਟਸ ਦੇਖਦੇ ਹਾਂ, ਸੋ ਮੋਸਟ ਸਟੈਟਸ ਜਦੋਂ ਘਰ ਆਪਣੇ ਫੋਰਕਲੋਜ਼ਰ ਲੱਗਦਾ ਆ ਜਾਂ ਪਾਵਰ ਆਫ ਸੇਲ ਲੱਗਦੀ ਆ, ਉਹ ਕਿਉਂ ਲੱਗਦੀ ਆ? ਕਰਕੇ ਆਪਾਂ ਡਿਸੇਬਿਲਟੀ 'ਤੇ ਚੱਲ ਜਾਂਦੇ ਹਾਂ, ਕੋਈ ਆਪਾਂ ਨੂੰ ਇੰਜਰੀ ਹੋ ਗਈ ਆ ਉਹਦੇ ਕਰਕੇ ਆਪਾਂ ਕੰਮ 'ਤੇ ਨਹੀਂ ਜਾ ਸਕਦੇ ਹੈਗੇ, ਐਂਡ ਐਜ਼ ਅ ਰਿਜ਼ਲਟ ਆਪਣੇ ਘਰ ਵਿੱਚ ਇਨਕਮ ਜਿਹੜੀ ਆ ਉਹ ਆਉਣੀ ਬਿਲਕੁਲ ਬੰਦ ਹੋ ਜਾਂਦੀ ਆ। ਸੋ ਉਸ ਚੀਜ਼ ਨੂੰ ਆਪਾਂ ਪ੍ਰੋਟੈਕਟ ਕਰਦੇ ਹੋਈਏ ਅਤੇ ਆਪਾਂ ਨੂੰ ਇਹ ਜਿਹੜੀ ਇੰਸ਼ੋਰੈਂਸ ਆ ਇਹ ਜ਼ਰੂਰ ਲੈਣੀ ਚਾਹੀਦੀ ਆ। ਮੈਂ ਤਾਂ ਜ਼ਰੂਰ ਕਹੂੰਗੀ ਵੀ ਇਹ ਰੈਕਮੈਂਡ ਵੀ ਕਰੂੰਗੀ ਵੀ ਤੁਸੀਂ ਜਦੋਂ ਵੀ ਆਪਣਾ ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਆਪਣੇ ਫਿਊਚਰ ਦੀ ਕਰਦੇ ਹਾਂ, ਇਹ ਜਿਹੜੀ ਇਨਕਮ ਜਾਂ ਕਹਿ ਲਓ ਰਿਪਲੇਸਮੈਂਟ ਇੰਸ਼ੋਰੈਂਸ ਜਿਹੜੀ ਆ ਉਸ ਨੂੰ ਐਕਚੁਅਲੀ ਇਟਸ ਅ ਮੋਸਟ ਇੰਪੋਰਟੈਂਟ ਇੰਸ਼ੋਰੈਂਸ ਜਦੋਂ ਤੁਸੀਂ ਲਾਈਫ ਵੱਲ ਵੀ ਦੇਖਦੇ ਹਾਂ, ਕਰਕੇ ਇਹ ਜਿਹੜੀ ਇੰਸ਼ੋਰੈਂਸ ਆ ਭਾਅ ਜੀ ਆਪਣੇ ਲਿਵਿੰਗ ਬੈਨੀਫਿਟ ਵਿੱਚ ਆ ਜਾਂਦੀ ਆ। ਇਹ ਆਪਾਂ ਖੁਦ ਆਪਾਂ ਨੂੰ ਕੋਈ ਇੰਜਰੀ ਜਾਂ ਸਿਕਨੈਸ ਕੋਈ ਪ੍ਰੋਬਲਮ ਆਉਂਦੀ ਆ, ਆਪਾਂ ਇਹ ਘਰ ਬੈਠ ਕੇ ਇਸ ਜਿਹੜੀ ਆ ਇਨਕਮ ਨੂੰ ਆਪਾਂ ਘਰ ਬੈਠ ਕੇ ਪ੍ਰੋਟੈਕਟ ਕਰ ਸਕਦੇ ਹਾਂ, ਘਰ ਬੈਠਿਆਂ ਨੂੰ ਆਪਾਂ ਨੂੰ ਇਨਕਮ ਆ ਸਕਦੀ ਆ ਜਿੰਨਾ ਚੱਕਰ ਆਪਾਂ ਉਹ ਸਿਕਨੈਸ ਤੋਂ ਰਿਕਵਰ ਕਰਦੇ ਹਾਂ। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਰਿਪਲੇਸਮੈਂਟ ਆਫ ਇਨਕਮ ਜਿਹੜੀ ਉਹ ਆ, ਔਰ ਇਨਕਮ ਆਪਣੀ ਰੁਕਦੀ ਸਿਰਫ ਦੋ ਕਾਰਨਾਂ ਕਰਕੇ ਆ। ਇੱਕ ਤਾਂ ਜਦੋਂ ਆਪਾਂ, ਮੇਰੇ ਕਹਿਣ ਤੋਂ ਭਾਵ ਆ ਕੰਮ 'ਤੇ ਆਪਾਂ ਕਦੇ ਨਹੀਂ ਜਾਂਦੇ, ਕਦੋਂ ਨਹੀਂ ਜਾਂਦੇ, ਦੋ ਚੀਜ਼ਾਂ ਹੁੰਦੀਆਂ, ਜਾਂ ਤਾਂ ਸਾਡੇ ਸੱਟ ਲੱਗ ਜਾਵੇ ਅਤੇ ਜਾਂ ਕੋਈ ਸਿਕਨੈਸ ਆ ਜਾਵੇ, ਕਿਉਂਕਿ ਜੇ ਆਪਾਂ ਕਹਿ ਲਈਏ ਕੋਈ ਐਮਰਜੈਂਸੀ ਹੈ ਜਾਂ ਕੋਈ, ਉਹ ਤਾਂ ਚਲੋ ਇੱਕ ਦਿਨ ਦੀ ਦੋ ਦਿਨ ਦੀ ਹੋਊਗੀ, ਪਰ ਕਈ ਵਾਰੀ ਸੱਟ ਇਸ ਤਰ੍ਹਾਂ ਲੱਗਦੀ ਹੈ ਕਿ ਤੁਸੀਂ
ਲੰਮੇ ਸਮੇਂ ਵਾਸਤੇ ਤੁਹਾਨੂੰ ਕੰਮ ਨਹੀਂ ਕਰ ਸਕਦੇ, ਜਾਂ ਕਈ ਵਾਰੀ ਸੱਟ ਇਸ ਤਰ੍ਹਾਂ ਲੱਗ ਜਾਂਦੀ ਹੈ ਕਿ ਹੋ ਸਕਦਾ ਕਿ ਉਹ ਤੁਸੀਂ ਪਹਿਲਾਂ ਵਾਲੀ ਫਾਰਮ ਦੇ ਵਿੱਚ ਕੰਮ ਕਰ ਹੀ ਨਾ ਸਕੋ। ਸੋ ਦੋ ਕਾਰਨ ਹੈਗੇ ਆ ਕਿ ਇਹ ਦੋਨੇ ਜਿਹੜੀਆਂ ਚੀਜ਼ਾਂ ਹੈਗੀਆਂ ਸਿਕਨੈਸ ਅਤੇ ਇੰਜਰੀ ਇਹ ਕਵਰਡ ਆ ਇਹਦੇ ਵਿੱਚ? ਹਾਂਜੀ, ਆਪਣੇ ਕੋਲ ਪਲੈਨ ਜਿਹੜੇ ਆ ਜੀ ਦੋਨੇ ਹੀ ਹੈਗੇ ਆ। ਅਗਰ ਪਰ ਆਪਾਂ ਜਿੱਦਾਂ ਉਹਨਾਂ ਦਾ ਪਲੈਨ ਆ ਉਹਨਾਂ ਦੀ ਨੀਡ ਦੇਖ ਕੇ ਕਰਕੇ ਕਈ ਵਾਰੀ ਡਿਊ ਟੂ ਬਜਟ ਉਹ ਥੋੜ੍ਹਾ ਜਿਹਾ ਸੋਚ ਲੈਂਦੇ ਆ ਵੀ ਅਸੀਂ ਥੋੜ੍ਹਾ ਜਿਹਾ ਕਾਸਟ ਜਿਹੜਾ ਆ ਥੱਲੇ ਰੱਖੀਏ, ਰਾਈਟ। ਸੋ ਜਿਹੜੀ ਇੰਜਰੀ ਆ ਆਪਾਂ ਇਕੱਲੀ ਇੰਜਰੀ ਲੈਂਦੇ ਹਾਂ ਭਾਜੀ, ਤੁਸੀਂ ਬਿਲੀਵ ਨਹੀਂ ਕਰੋਗੇ, ਤੁਸੀਂ $35 ਦੇ ਕੇ ਆਪਣੀ ਇੰਜਰੀ ਦੀ ਜਿਹੜੀ ਇੰਸ਼ੋਰੈਂਸ ਉਹ ਕਰਾ ਸਕਦੇ ਹਾਂ, ਅਤੇ 2000 ਦਾ ਬੈਨੀਫਿਟ ਜਿਹੜਾ ਆ ਮੰਥਲੀ ਬੈਨੀਫਿਟ ਜਿਹੜਾ ਤੁਸੀਂ ਆਪਣੀ ਇਨਕਮ ਨੂੰ ਘਰ ਬੈਠ ਕੇ ਹੀ ਪ੍ਰੋਟੈਕਟ ਕਰ ਸਕਦੇ ਹਾਂ। ਸੋ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਰਾਈਡਰ ਪਾ ਕੇ ਜਾਂ ਆਪਾਂ ਜਾਂ ਹੋਰ ਕੀ ਇਨਵੋਲਵ ਹੈਗਾ ਇਸ ਪਲਾਨ ਦੇ ਵਿੱਚ, ਜਾਂ ਆਪਾਂ ਹੋਰ ਇਨਕਲੂਡ ਕੀ ਕਰਵਾ ਸਕਦੇ ਹਾਂ? ਹਾਂਜੀ, ਇਹਦੇ ਵਿੱਚ ਅਗੇਨ ਇਜ਼ ਅ ਗ੍ਰੇਟ ਕੁਐਸਚਨ ਜੀ। ਇਹਦੇ ਵਿੱਚ ਆਪਾਂ ਜਿਹੜਾ ਆ ਵੀ ਕਹਿ ਲਓ ਵੀ ਬੇਸਿਕ ਤੋਂ ਲੈ ਕੇ ਇਹਨੂੰ ਬੜਾ ਪਲੈਨ ਨੂੰ ਤੁਸੀਂ ਆਲ ਦਾ ਰਾਈਡਰ ਪਾ ਕੇ, ਜਿੱਦਾਂ ਕਹਿ ਲਓ ਵੀ ਤੁਸੀਂ ਟਰੈਵਲ ਕਰ ਰਹੇ ਹਾਂ, ਤੁਸੀਂ ਮੰਨ ਲਓ ਵੀ ਸੈਲਫ ਇੰਪਲੋਇਡ ਪਰਸਨ ਆ, ਤੁਸੀਂ ਟਰੱਕਿੰਗ ਦੇ ਵਿੱਚ ਹੋ, ਮੇ ਬੀ ਉਬਰ ਡਰਾਈਵ ਕਰ ਰਹੇ ਹੋ ਜਾਂ ਟੈਕਸੀ ਡਰਾਈਵ ਕਰ ਰਹੇ ਹਾਂ, ਤੁਸੀਂ ਕੰਟਰੈਕਟਰ ਹੋ, ਅਗਰ ਤੁਸੀਂ ਉਹਦੇ ਵਿੱਚ ਆਪਣੀ ਜੋਬ ਦੇ ਵਿੱਚ ਟਰੈਵਲ ਕਰ ਰਹੇ ਹਾਂ US ਸਾਈਡ ਨੂੰ, ਇਹਦੇ ਵਿੱਚ 5 million ਦੀ ਇੰਸ਼ੋਰੈਂਸ ਜਿਹੜੀ ਆ ਟਰੈਵਲ ਇੰਸ਼ੋਰੈਂਸ ਉਹ ਵੀ ਕਵਰ ਕੀਤੀ ਜਾਂਦੀ ਹੈ। ਦੂਸਰਾ ਜਿਹੜਾ ਬਿਗ ਬੈਨੀਫਿਟ ਆ, ਜਿੱਦਾਂ ਆਪਾਂ ਦੇਖਦੇ ਹਾਂ ਵੀ ਆਪਾਂ ਨੂੰ ਕੋਈ ਇੰਜਰੀ ਹੋ ਜਾਂਦੀ ਹੈ ਅਤੇ ਆਪਾਂ ਨੂੰ ਫਿਜ਼ੀਓਥੈਰੇਪਿਸਟ, ਕਾਇਰੋਪ੍ਰੈਕਟਰ ਇੱਦਾਂ ਦੇ ਜਿਹੜੇ ਆਪਣੇ ਕਹਿ ਲਓ ਵੀ ਸਪੈਸ਼ਲਿਸਟ ਆ ਉਹਨਾਂ ਕੋਲ ਜਾਣਾ ਪੈਂਦਾ ਆ, ਐਂਡ ਦ ਕਾਸਟ ਜਿਹੜੀ ਆ ਉਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਕਹਿ ਲਓ ਵੀ ਮਹਿੰਗੀ ਆ। ਇਹਦੇ ਵਿੱਚ ਤੁਸੀਂ ਬਿਲੀਵ ਨਹੀਂ ਕਰੋਗੇ ਭਾਅ ਜੀ, 110,000 ਜਿਹੜਾ ਆ ਉਹ ਤੁਹਾਡਾ ਜਿਹੜੀਆਂ ਇਹ ਲੋੜਾਂ ਆ ਉਹਨਾਂ ਨੂੰ ਵੀ ਕਵਰ ਕਰਦੀ ਆ। ਸੋ ਇਹਦੇ ਵਿੱਚ ਹੁਣ ਆਪਾਂ ਨੂੰ ਥੋੜ੍ਹਾ ਜਿਹਾ ਕਹਿ ਲਓ ਵੀ ਪੀਸ ਮਾਇੰਡ ਮਿਲ ਜਾਂਦੀ ਹੈ ਵੀ ਅਗਰ ਆਪਾਂ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਆ ਜਾਂਦੀ ਆ ਅਤੇ ਅਸੀਂ ਜਿਹੜੇ ਸਾਡਾ ਅਸੀਂ ਮੋਰਗੇਜ ਦੇ ਰਹੇ ਹਾਂ, ਘਰ ਦੇ ਬਿਲਸ ਆ, ਉਹ ਸਾਡੇ ਉਹਨਾਂ ਚੀਜ਼ਾਂ 'ਤੇ ਇਫੈਕਟ ਨਹੀਂ ਪਵੇਗਾ। ਦੂਸਰਾ ਇਹਦੇ ਵਿੱਚ ਇਹ ਵੀ ਹੈਗਾ ਆ ਵੀ ਜੇ ਆਪਾਂ ਕਈ ਵਾਰੀ ਅਗਰ ਆਪਣੀ ਸੱਟ ਪੇਟ ਲੱਗ ਜਾਂਦੀ ਆ, ਆਪਾਂ ਘਰ ਬੈਠ ਜਾਂਦੇ ਹਾਂ, ਪਹਿਲੀ ਚੀਜ਼ ਜਿਹੜੀ ਆਪਾਂ ਭਾਜੀ ਵੀ ਜਿਹੜੀ ਪੈਸਾ ਆ ਉਹ ਇਨਕਮ ਜਿਹੜੀ ਆ ਜਦੋਂ ਆਪਾਂ ਬਿੱਲ ਪੇ ਕਰਦੇ ਹਾਂ, ਆਪਣਾ ਜਿਹੜਾ ਰਿਜ਼ਰਵ ਫੰਡ ਹੁੰਦਾ ਕਹਿ ਲਓ ਵੀ ਆਪਣੀ ਸੇਵਿੰਗ ਆ ਜਿਹੜੀ ਆਪਾਂ ਬਹੁਤ ਸਾਲਾਂ ਤੋਂ ਥੋੜ੍ਹੇ ਥੋੜ੍ਹੇ ਕਰਕੇ ਸੇਵ ਕੀਤੀ ਆ, ਪਹਿਲਾਂ ਆਪਾਂ ਉਹਨਾਂ ਨੂੰ ਵਿਦਡਰਾਅ ਕਰਨ ਲੱਗ ਪੈਂਦੇ ਹਾਂ। ਸੋ ਪਹਿਲਾਂ ਆਪਣਾ ਜਿਹੜਾ ਰਿਜ਼ਰਵ ਫੰਡ ਆ ਉਹ ਸਭ ਤੋਂ ਪਹਿਲਾਂ ਥੱਲੇ ਜਾਂਦਾ ਆ, ਰਾਈਟ। ਸੋ ਉਹਦੇ ਕਾਰਨ ਕਰਕੇ ਅਗਰ ਆਪਾਂ ਨਹੀਂ ਆਪਣੀ ਜਿਹੜੀ ਮੋਰਗੇਜ ਪੇਮੈਂਟ ਨਹੀਂ ਕਰ ਸਕਦੇ ਹੈਗੇ, ਤਾਂ ਉਹਦਾ ਆਪਣੀ ਜਿਹੜੀ ਫੋਰ ਕਲੋਜ਼ਰ ਕਹਿ ਲਓ ਵੀ ਜਿਹੜੀ ਬੈਂਕ ਆ ਉਹ ਕਹਿੰਦੀ ਵੀ ਓਕੇ ਯੂ ਹੈਵ ਅ ਡੀਫਾਲਟ ਔਨ 2 payments, ਹੁਣ ਅਸੀਂ ਜਿਹੜਾ ਤੁਹਾਡਾ ਘਰ ਆ ਅਸੀਂ ਲੈ ਲੈਣਾ ਆ, ਰਾਈਟ, ਅਸੀਂ ਹੁਣ ਇਹਨੂੰ ਘਰ ਨੂੰ ਸੈੱਲ ਕਰਕੇ ਅਤੇ ਜਿਹੜਾ ਅਸੀਂ ਤੁਹਾਨੂੰ ਮੋਰਗੇਜ ਦਿੱਤੀ ਆ ਉਹਨੂੰ ਅਸੀਂ ਆਪਾਂ ਰਿਕਵਰ ਕਰਾਂਗੇ। ਸੋ ਇਹਨਾਂ ਚੀਜ਼ਾਂ ਸਾਰੀਆਂ ਤੋਂ ਬਚਦੇ ਹੋਏ ਬਸ ਤੁਸੀਂ $50-100 ਦੇ ਕੇ ਆਪਣੀ ਇੰਸ਼ੋਰੈਂਸ ਜ਼ਰੂਰ ਲਓ, ਆਪਣੀ ਜਿਹੜੀ ਪੀਸ ਮਾਇੰਡ ਖਰੀਦੋ, ਕਿਉਂਕਿ ਤੁਸੀਂ 5,000 to 10,000 ਅਗਰ ਘਰ ਬੈਠੇ ਮੇਕ ਕਰ ਰਹੇ ਹਾਂ ਤੁਸੀਂ ਆਪਣਾ ਕੰਮ ਕਰਕੇ, ਉਸ ਚੀਜ਼ ਨੂੰ ਤੁਸੀਂ ਪ੍ਰੋਟੈਕਟ ਕਰ ਸਕਦੇ ਇਸ ਇੰਸ਼ੋਰੈਂਸ ਦੇ ਜ਼ਰੀਏ। ਬਲਜੀਤ ਜੀ, ਤੁਸੀਂ ਕਾਫ਼ੀ ਕੁਛ ਕਿਹਾ ਕਿ ਕਾਫ਼ੀ ਕਵਰੇਜ ਹੈਗੀ ਹੈ, ਜਿਵੇਂ ਫਿਜ਼ੀਓਥਰੈਪੀ ਜਿਹੜੀਆਂ ਹੈਗੀਆਂ, ਜਾਂ ਜਦੋਂ ਆਪਾਂ ਨੂੰ ਇੰਜਰੀ 'ਤੇ ਆਪਾਂ ਜਾਂਦੇ ਹਾਂ ਤਾਂ ਬਹੁਤ ਮਹਿੰਗੀ ਇਲਾਜ ਹੈਗੀ ਆ, ਉਹ ਸਾਰੇ ਕਵਰਡ ਹੈਗੇ ਆ। ਸੋ ਇਹਦੇ ਵਿੱਚ ਕਿਹੜੀ ਟਰਾਂਸਪੋਰਟੇਸ਼ਨ ਉਹ ਵੀ ਹੈਗੀ ਆ ਇਨਕਲੂਡ ਉਹਦੇ ਵਿੱਚ? ਹਾਂਜੀ, ਟਰਾਂਸਪੋਰਟੇਸ਼ਨ ਜਿੱਦਾਂ ਆਪਾਂ ਜੀ ਮੈਂਸ਼ਨ ਕੀਤਾ ਵੀ ਅਗਰ ਤੁਹਾਨੂੰ ਤੁਸੀਂ ਘਰ ਬੈਠ ਜਾਂਦੇ ਹਾਂ ਵੀ ਤੁਹਾਨੂੰ ਫਿਰ ਟੈਕਸੀ ਵਗੈਰਾ ਲੈਣੀ ਪੈਂਦੀ ਆ, ਜਾਂ ਇਹ ਵੀ ਜਿਹੜੀਆਂ ਚੀਜ਼ਾਂ ਆ ਡਿਪੈਂਡ ਕਰਦਾ ਤੁਸੀਂ ਕਿਹੜਾ ਪਲੈਨ ਲਿਆ ਆ, ਇਹ ਚੀਜ਼ਾਂ ਵੀ ਉਹਦੇ ਵਿੱਚ ਕਵਰ ਹੁੰਦੀਆਂ। ਕਰਕੇ ਜਦੋਂ ਦੇਖਿਆ ਜਾਵੇ ਤਾਂ ਦੀਜ਼ ਆਰ ਦੀ ਐਕਸਪੈਂਸ, ਕਿਉਂਕਿ ਅਗਰ ਤੁਸੀਂ ਫਿਜ਼ੀਓ ਦੇ ਨਹੀਂ ਜਾ ਸਕਦੇ ਹੈਗੇ, ਰਾਈਟ, ਵੀ ਤੁਸੀਂ ਫਿਰ ਉੱਥੇ ਪਹੁੰਚਣਾ ਕਿਵੇਂ ਆ, ਤੁਸੀਂ ਆਫਕੋਰਸ ਟੈਕਸੀ ਲੈ ਕੇ ਜਾਓਗੇ, ਕਰਕੇ ਯੂ ਆਰ ਨਾਟ ਏਬਲ ਟੂ ਡਰਾਈਵ, ਤੁਹਾਨੂੰ ਇੰਜਰੀ ਇੱਦਾਂ ਦੀ ਹੋ ਗਈ ਆ ਤੁਸੀਂ ਡਰਾਈਵ ਨਹੀਂ ਕਰ ਸਕਦੇ ਹੈਗੇ। ਸੋ ਜਿਹੜੇ ਇੱਦਾਂ ਦੇ ਕੋਈ ਵੀ ਖਰਚੇ ਆ ਜਿਹੜਾ ਤੁਹਾਨੂੰ ਬੈਟਰ ਹੋਣ ਵਿੱਚ ਸਹਾਇਤਾ ਕਰਦੇ ਆ ਉਹ ਖਰਚੇ ਜਿਹੜੇ ਆ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤੇ ਜਾਣਗੇ। ਦੂਸਰਾ ਇਹਦੇ ਵਿੱਚ ਇਹ ਵੀ ਬਿਊਟੀ ਬਹੁਤ ਆ ਵਾ ਜੀ ਵੀ ਤੁਸੀਂ 24 hours ਕਵਰ ਹੋ ਇਸ ਪਲੈਨ ਦੇ ਵਿੱਚ, ਕਰਕੇ ਕਈ ਵਾਰੀ ਆਪਾਂ ਵਰਕ ਦੇ ਥਰੂ ਇੰਸ਼ੋਰੈਂਸ ਲਈ ਹੁੰਦੀ ਆ ਅਤੇ ਉਹ ਆਪਾਂ ਨੂੰ ਜਿੱਦਾਂ ਆਪਾਂ ਵਰਕ 'ਤੇ ਹਾਂ ਉੱਥੇ ਤਾਂ ਆਪਾਂ ਨੂੰ ਕਵਰ ਜ਼ਰੂਰ ਕਰਦੀ ਆ ਵੀ ਅਗਰ ਆਪਣੇ ਕੋਈ ਸੱਟ ਪੇਟ ਲੱਗ ਜਾਂਦੀ ਆ ਜਾਂ ਆਪਾਂ ਸਿੱਖ ਹੋ ਜਾਂਦੇ ਹਾਂ ਕੰਮ 'ਤੇ ਅਤੇ ਉੱਥੇ ਆਪਾਂ ਨੂੰ ਕਵਰ ਕਰਦੀ, ਪਰ ਇਹ ਜਿਹੜੀ ਇੰਸ਼ੋਰੈਂਸ ਆ ਇਹ ਇੰਸ਼ੋਰੈਂਸ ਤੁਹਾਨੂੰ 24 hours ਜਿਹੜੀ ਕਵਰ ਕਰਦੀ ਆ। ਦੂਸਰਾ ਇਹਦੇ ਵਿੱਚ ਇਹ ਵੀ ਹੈਗਾ ਹੈ ਵੀ ਅਗਰ ਤੁਸੀਂ ਕਿਸੇ ਕਾਰਨ ਕਰਕੇ ਜੋਬ ਚੇਂਜ ਕਰ ਲੈਂਦੇ ਹੋ, ਤੁਸੀਂ ਜਿਹੜੀ ਇਹ ਜਿਹੜੀ
ਜਿਹੜੀ ਸਟੈਂਡ ਲੋਨ ਪਾਲਿਸੀ ਆ ਇਸ ਪਾਲਿਸੀ ਨੂੰ ਆਪਣੇ ਨਾਲ ਲੈ ਕੇ ਦੂਸਰੀ ਜਾਬ ਤੇ ਵੀ ਜਾ ਸਕਦੇ ਆ ਸੋ ਇਹਦਾ ਕੋਈ ਇਫੈਕਟ ਨਹੀਂ ਪੈਂਦਾ ਹੈਗਾ ਜੋਬ ਨਾਲ ਕੋਈ ਰਿਲੇਸ਼ਨ ਨਹੀਂ ਨੋ ਰਿਲੇਸ਼ਨ ਇੱਕ ਹੋਰ ਕੁਐਸਚਨ ਕੀ ਲਾਈਕ ਵਿਦਨ ਕੈਨੇਡਾ ਜਾਂ ਜੇ ਆਊਟ ਆਫ ਕੈਨੇਡਾ ਆਪਾਂ ਜਾਂਦੇ ਹਾਂ ਕੀ ਤੁਸੀਂ ਕਵਰਡ ਹੋ ਅਰਾਊਂਡ ਦਾ ਵਰਲਡ ਜਾਂ ਸਰਟਨ ਪਲੇਸਿਸ ਤੇ ਤੁਸੀਂ ਕਵਰਡ ਹੋ ਹਾਂਜੀ ਅਗੇਨ ਇਜ਼ ਅ ਗ੍ਰੇਟ ਕੁਐਸਚਨ ਅਗਰ ਤੁਸੀਂ ਇੰਸ਼ੋਰੈਂਸ ਲਈ ਹੈ ਜਿੱਦਾਂ ਆਪਾਂ ਮੈਂਸ਼ਨ ਕੀਤਾ ਯੂ ਆਰ ਕਵਰ 24/7 ਸੋ ਤੁਸੀਂ ਅਗਰ ਕਿਤੇ ਹੋਰ ਕਿਸੇ ਕੰਟਰੀ ਵਿੱਚ ਜਾ ਕੇ ਤੁਹਾਡੇ ਕੋਈ ਸੱਟ ਪੇਟ ਲੱਗ ਜਾਂਦੀ ਆ ਹਾਂਜੀ ਉਹਨਾਂ ਨੇ ਰੈਕਰਡ ਜ਼ਰੂਰ ਮੰਗਣਾ ਹੈ ਤੁਹਾਡੇ ਤੋਂ ਅਤੇ ਉਹ ਥੋੜ੍ਹਾ ਜਿਹਾ ਵੀ ਹਾਰਡ ਵੀ ਹੋ ਜਾਂਦਾ ਹੈ ਅਗਰ ਤੁਸੀਂ ਕਹਿ ਲਓ ਵੀ ਇੰਡੀਆ ਵਿੱਚ ਜਾ ਕੇ ਇੰਜਰੀ ਹੋ ਗਈ ਹੈ ਤਾਂ ਤੁਸੀਂ ਉੱਥੋਂ ਆਪਣੇ ਬਿੱਲਸ ਵਗੈਰਾ ਭੇਜ ਰਹੇ ਹਾਂ ਦੇਖਿਆ ਜ਼ਰੂਰ ਜਾਂਦਾ ਹੈ ਕਰਕੇ ਜਿਹੜੀ ਇੰਸ਼ੋਰੈਂਸ ਕੰਪਨੀ ਉਹਨਾਂ ਨੇ ਵੀ ਆਪਣਾ ਹੋਮਵਰਕ ਕਰਨਾ ਆ ਪਰ ਕਵਰ ਜ਼ਰੂਰ ਹੋ ਤੁਸੀਂ ਕਰਕੇ ਯੂਅਰ ਕਵਰ 24/7 ਸੋ ਜਦੋਂ ਆਪਾਂ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਮੈਂ ਪ੍ਰੀਮੀਅਮ ਦੀ ਗੱਲ ਕਰਨ ਲੱਗਾ ਜਦੋਂ ਆਪਾਂ ਇੰਸ਼ੋਰੈਂਸ ਲੈਂਦੇ ਹੈਗੇ ਹਾਂ ਕੀ ਇਹ ਵੱਧ ਘੱਟ ਹੁੰਦਾ ਜਾਂ ਇੱਕ ਸਟੈਂਡਰਡ ਆ ਜਾਂ ਕੀ ਅਸੀਂ ਜਿੰਨੇ ਸਰਵਿਸਿਜ਼ ਲਵਾਂਗੇ ਜਾਂ ਜਿੰਨੇ ਅਸੀਂ ਜ਼ਿਆਦਾ ਬੈਨੀਫਿਟ ਲਵਾਂਗੇ ਜਿਹੜਾ ਪ੍ਰੀਮੀਅਮ ਅੱਪ ਜਾਊਗਾ ਕੀ ਇਹਦੇ ਨਾਲ ਕੋਈ ਪ੍ਰੀਮੀਅਮ ਦੇ ਵਿੱਚ ਊਚ ਨੀਚ ਹੁੰਦੇ ਫਲਕਚੁਏਟ ਹੁੰਦਾ ਹਾਂਜੀ ਅਗੇਨ ਇਜ਼ ਅ ਗ੍ਰੇਟ ਕੁਐਸਚਨ ਭਾਜੀ ਇਹ ਜਿਹੜਾ ਪ੍ਰੀਮੀਅਮ ਆ ਕਹਿ ਲਓ ਵੀ ਇਨਕਮ ਰਿਪਲੇਸਮੈਂਟ ਇੰਸ਼ੋਰੈਂਸ ਦਾ ਇਹ ਡਿਪੈਂਡ ਕਰਦਾ ਵੀ ਆਪਣੀ ਜਿਹੜੀ ਜੋਬ ਆ ਉਹ ਕਿਸ ਤਰ੍ਹਾਂ ਦੀ ਜੋਬ ਆ ਅਗਰ ਆਪਾਂ ਵਾਈਟ ਕਾਲਰ ਕਹਿ ਲਓ ਵੀ ਆਪਾਂ ਜੋਬ ਕਰ ਰਹੇ ਹਾਂ ਇਸ ਨੈਚੁਰਲੀ ਤੁਸੀਂ ਆਫਿਸ ਦੇ ਵਿੱਚ ਬੈਠ ਕੇ ਚੇਅਰ 'ਤੇ ਬੈਠੇ ਹਾਂ ਕੋਈ ਇੰਨੀ ਕਹਿ ਲਓ ਵੀ ਰਿਸਕ ਵਾਲੀ ਜੋਬ ਨਹੀਂ ਕਰ ਰਹੇ ਹੈਗੇ ਸੋ ਜਿਹੜਾ ਉਹਦਾ ਪ੍ਰੀਮੀਅਮ ਹੋਣਾ ਆ ਕੰਪੇਅਰਿੰਗ ਵਿਦ ਲੈਟਸ ਸੇ ਟਰੱਕ ਡਰਾਈਵਰ ਬਿਕਾਜ਼ ਦੈਟ ਜੋਬ ਇਜ਼ ਅ ਵੈਰੀ ਵੈਰੀ ਰਿਸਕੀ ਜੋਬ ਤੁਸੀਂ ਟੈਕਸੀ ਡਰਾਈਵਰ ਲੈ ਲਓ ਈਵਨ ਕੰਸਟਰਕਸ਼ਨ ਵਰਕਰਸ ਇਟਸ ਅ ਵੈਰੀ ਰਿਸਕੀ ਆਕੂਪੇਸ਼ਨ ਸੋ ਜਿਹੜਾ ਪ੍ਰੀਮੀਅਮ ਵੀ ਆ ਉਹ ਵੀ ਸੈੱਟ ਕੀਤਾ ਜਾਂਦਾ ਹੈ ਵੀ ਜਿਹੜਾ ਰਿਸਕ ਆ ਇਸ ਜੋਬ ਦੇ ਵਿੱਚ ਕਿੰਨਾ ਕੁ ਰਿਸਕ ਆ ਦੂਸਰਾ ਇਹਦੇ ਵਿੱਚ ਦੇਖਿਆ ਜਾਂਦਾ ਹੈ ਜੀ ਵੀ ਜਿਹੜਾ ਤੁਸੀਂ ਆਪਾਂ ਜਦੋਂ ਪਲੈਨ ਤਿਆਰ ਕਰ ਰਹੇ ਹਾਂ ਕਿ ਤੁਹਾਡੀ ਜਿਹੜੀ ਆ ਕੇਪੇਬਿਲਿਟੀ ਤੁਹਾਡਾ ਰਿਜ਼ਰਵ ਫੰਡ ਆ ਕਿੰਨਾ ਕੁ ਤੁਸੀਂ ਸੇਵ ਕਰਕੇ ਰੱਖਿਆ ਵੀ ਤੁਸੀਂ ਜਿਹੜਾ ਵੇਟਿੰਗ ਪੀਰੀਅਡ ਆ ਇਹਦੇ ਵਿੱਚ ਤੁਸੀਂ ਕਿੰਨਾ ਪਾਉਣਾ ਚਾਹੁੰਦੇ ਆ ਤੁਸੀਂ 0 ਡੇ ਤੋਂ ਸਟਾਰਟ ਕਰਨਾ ਚਾਹੁੰਦੇ ਆ ਆਪਣਾ ਬੈਨੀਫਿਟ ਕਿ 30 ਡੇਜ਼ ਮਗਰੋਂ ਸਟਾਰਟ ਕਰਨਾ ਚਾਹੁੰਦੇ ਆ ਸੋ ਦੈਟ ਹੈਜ਼ ਟੂ ਡੂ ਵਿਦ ਦੈਟ ਟੂ ਆਲਸੋ ਆਪਾਂ ਕਹਿੰਦੇ ਵੀ ਅਗਰ ਤੁਹਾਨੂੰ ਇੰਜਰੀ ਹੋ ਜਾਂਦੀ ਆ ਜਾਂ ਸਿਕਨੈਸ ਹੋ ਜਾਂਦੀ ਆ ਤੁਸੀਂ ਜਿਹੜਾ ਪਲੈਨ ਆ ਇਹ ਤੁਸੀਂ ਚਾਹੁੰਦੇ ਹੋ ਵੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਤੁਸੀਂ ਅਗਰ 2 ਸਾਲ ਵਿੱਚ ਤੁਹਾਨੂੰ 2 ਸਾਲ ਬੈਟਰ ਹੋਣ ਵਿੱਚ ਲੱਗਦੇ ਆ ਅਤੇ ਜਿਹੜਾ ਤੁਹਾਡਾ ਪਲੈਨ ਆ ਤੁਹਾਨੂੰ 2 ਸਾਲ ਪੈਸੇ ਦੇਵੇ ਤੁਸੀਂ ਇਸ ਪਲੈਨ ਨੂੰ ਐਕਸਟੈਂਡ ਵੀ ਕਰ ਸਕਦੇ ਆ ਕਹਿੰਦੇ ਨੋ ਆਈ ਵਾਂਟ ਦਾ ਪਲੈਨ ਆਲ ਦਾ ਵੇ ਟੂ ਏਜ 65 ਜਾਂ ਤੁਸੀਂ ਕਹਿੰਦੇ ਆ ਆਲ ਦਾ ਵੇ ਟੂ ਏਜ 75 ਤੁਸੀਂ ਜਿਹੜੇ ਇਹ ਰਾਈਡਰ ਆ ਆਪਣੇ ਬ੍ਰੋਕਰ ਦੇ ਨਾਲ ਜਦੋਂ ਤੁਸੀਂ ਬੈਠਦੇ ਆ ਇਹ ਜਿਹੜੀ ਐਕਸਟਰਾ ਰਾਈਡਰ ਆ ਤੁਸੀਂ ਉਹਦੇ ਵਿੱਚ ਇਨਕਲੂਡ ਕਰ ਸਕਦੇ ਆ ਆਲਸੋ ਜਿਹੜੀ ਇਨਕਮ ਆਪਣੀ ਆ ਵੀ ਮੰਨ ਲਓ ਵੀ ਆਪਾਂ 2000 ਜਿਹੜੀ ਡਾਲਰ ਦੀ ਇਨਕਮ ਜਿਹੜੀ ਆਪਾਂ ਪ੍ਰੋਟੈਕਟ ਕਰ ਰਹੇ ਹਾਂ ਵਰਸਿਸ ਮੇ ਬੀ 10,000 ਸੋ ਨੈਚੁਰਲੀ ਜਿਹੜਾ ਪ੍ਰੀਮੀਅਮ ਤੁਹਾਡਾ ਆ ਉਹ ਵੀ ਇਨਕਮ ਦੀ ਬੇਸ 'ਤੇ ਹੀ ਡਿਪੈਂਡ ਕਰਨਾ ਆ ਭਾਅ ਜੀ ਸੋ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਪਾਂ ਜਦੋਂ ਰਾਈਡਰ ਪਾ ਦਿੰਦੇ ਹਾਂ ਐਕਸਟਰਾ ਰਾਈਡਰਸ ਇਹਦੇ ਵਿੱਚ ਉਵੇਂ ਉਵੇਂ ਜਿਹੜਾ ਤੁਹਾਡਾ ਪ੍ਰੀਮੀਅਮ ਹੈ ਪਰ ਇੱਕ ਵਾਰੀ ਤੁਹਾਡਾ ਪ੍ਰੀਮੀਅਮ ਸੈੱਟ ਹੋ ਗਿਆ ਅਗਰ ਤੁਸੀਂ ਉਹ ਜੋਬ ਹਮੇਸ਼ਾ ਕਰਦੇ ਰਹਿੰਦੇ ਆ ਤੁਸੀਂ ਜੋਬ ਕੋਈ ਆਪਣੀ ਚੇਂਜ ਨਹੀਂ ਕੀਤੀ ਹੈਗੀ ਅਤੇ ਜਿਹੜੀ ਆਪਣੀ ਇੰਸ਼ੋਰੈਂਸ ਪ੍ਰੀਮੀਅਮ ਆ ਉਹ ਵੀ ਐਗਜੈਕਟਲੀ ਸੇਮ ਰਹੂਗਾ ਅਤੇ ਤੁਹਾਨੂੰ ਇੱਥੇ ਜਾਣ ਕੇ ਖੁਸ਼ੀ ਹੋਵੇਗੀ ਵੀ ਭਾਅ ਜੀ ਜਿਹੜੀ ਆਪਣਾ ਇਨਕਮ ਆ ਉਹ ਆਪਾਂ $2,000 ਤੋਂ ਲੈ ਕੇ $6,000 ਪਰ ਮੰਥ ਆਪਾਂ ਜਿਹੜਾ ਆ ਪਲੈਨ ਜਿਹੜਾ ਆ ਲੈ ਸਕਦੇ ਹਾਂ ਸੋ ਦਿਸ ਇਜ਼ ਰੀਅਲੀ ਨਾਈਸ ਬਿਕਾਜ਼ ਅਗਰ ਤੁਸੀਂ 5,000 ਕਮਾ ਰਹੇ ਹਾਂ ਤੁਹਾਡੇ ਕੋਲ ਪੀਸ ਆਫ ਮਾਇੰਡ ਮਿਲ ਜਾਂਦੀ ਤੁਹਾਨੂੰ ਵੀ ਹਾਂਜੀ ਮੈਂ ਇੰਨਾ ਪੈਸਾ ਜੇ ਕਮਾ ਰਿਹਾ ਹਾਂ ਮੇਰਾ ਸਾਰਾ ਪੈਸਾ ਹੀ ਪ੍ਰੋਟੈਕਟਿਵ ਹੈਗਾ ਆ ਇਸ ਇੰਸ਼ੋਰੈਂਸ ਤੁਸੀਂ$50,000 ਦੇ ਕੇ ਇਹ ਇੰਸ਼ੋਰੈਂਸ ਤੁਸੀਂ ਖਰੀਦ ਸਕਦੇ ਹਾਂ ਪਾਣੀ ਰੱਖਣਾ ਚੇਤਾ ਓਕੇ ਹਾਂਜੀ ਦੇਖਿਓ ਜੀ ਉੱਪਰ ਜੀ ਬਿਲਕੁਲ ਬਲਜੀਤ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਔਰ ਇਹਦੇ ਕੀ ਜਿਹੜਾ ਆਪਾਂ ਇੱਕ ਪ੍ਰੀਮੀਅਮ ਦੀ ਆਪਾਂ ਗੱਲਬਾਤ ਕਰ ਰਹੇ ਸੀਗੇ ਕਈ ਵਾਰੀ ਕਈ ਕੰਪਨੀਆਂ ਦੇ ਵਿੱਚ ਗਰੁੱਪ ਇੰਸ਼ੋਰੈਂਸ ਹੁੰਦੀ ਹੈਗੀ ਕੀ ਇਸ ਤਰ੍ਹਾਂ ਜਦੋਂ ਗਰੁੱਪ ਇੰਸ਼ੋਰੈਂਸ ਹੋਵੇ ਉਦੋਂ ਪ੍ਰੀਮੀਅਮ 'ਤੇ ਫਰਕ ਪੈਂਦਾ ਕਿਉਂਕਿ ਤੁਸੀਂ ਇੱਕ ਪਾਸੇ ਥੋੜ੍ਹਾ ਬਹੁਤਾ ਕਵਰ ਹੈਗੇ ਹੋ
ਔਰ ਇੱਕ ਦੂਜਾ ਮੇਰਾ ਕੁਐਸਚਨ ਇਹ ਸੀਗਾ ਕਿ ਕਈ ਬੰਦੇ ਸੈਲਫ ਇੰਪਲਾਇਡ ਨੇ, ਕਈ ਗਵਰਨਮੈਂਟ ਜੋਬ 'ਤੇ ਨੇ, ਕਈ ਜਿਹੜੇ ਹੈਗੇ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਜੋਬ ਦੇ ਉੱਤੇ, ਵਾਈਟ ਕਾਲਰ ਜੋਬ ਦੇ ਉੱਤੇ, ਉਦੋਂ ਤੁਸੀਂ ਇੱਕ ਐਕਸਪਲੇਨ ਕਰਤਾ ਕਿ ਜਿੰਨੀ ਡੇਂਜਰਸ ਜੋਬ ਆ ਉਹਦਾ ਥੋੜ੍ਹਾ ਜਿਹਾ ਫਰਕ ਪੈਂਦਾ ਹੈਗਾ, ਪਰ ਕੀ ਜੇ ਗਰੁੱਪ ਇੰਸ਼ੋਰੈਂਸ ਹੋਵੇ ਤੁਹਾਡੀ, ਲੈਟ ਸੇ ਆਪਾਂ ਇੱਕ ਫੈਕਟਰੀ 'ਚ ਕੰਮ ਕਰਦੇ ਹਾਂ, ਉੱਥੇ ਵੀ ਗਰੁੱਪ ਇੰਸ਼ੋਰੈਂਸ ਹੈਗੀ ਆ ਤੁਹਾਡੇ ਕੋਲ, ਉੱਥੇ ਵੀ ਤੁਸੀਂ ਕਵਰਡ ਹੋ, ਸੋ ਉਹਦੇ ਨਾਲ ਕੀ ਜਿਹੜੀ ਮੈਂ ਜੇ ਪ੍ਰਾਈਵੇਟ ਇੰਸ਼ੋਰੈਂਸ ਲਵਾਂ, ਪ੍ਰਾਈਵੇਟ ਇੰਸ਼ੋਰੈਂਸ ਲੈਣੀ ਜ਼ਰੂਰੀ ਆ ਗਰੁੱਪ ਦੇ ਨਾਲ, ਜਾਂ ਜਦੋਂ ਲੈਂਦੇ ਹਾਂ ਤਾਂ ਉਹਦਾ ਕੀ ਪ੍ਰੀਮੀਅਮ 'ਤੇ ਫਰਕ ਪੈਂਦਾ ਕੋਈ? ਹਾਂਜੀ, ਅਗੇਨ ਇਸ ਅ ਗ੍ਰੇਟ ਕੁਐਸਚਨ ਭਾਅ ਜੀ. ਆਪਾਂ ਜਿੱਦਾਂ ਇਹਨੂੰ ਕਹਿ ਲੈਂਦੇ ਹਾਂ ਇੰਸ਼ੋਰੈਂਸ ਨੂੰ ਟੋਪ ਅਪ ਇੰਸ਼ੋਰੈਂਸ, ਸਾਡੇ ਕੋਲ ਆਲਰੇਡੀ ਕੰਪਨੀ ਦੇ ਥਰੂ, ਇੰਪਲੋਇਰ ਦੇ ਥਰੂ ਸਾਡੇ ਕੋਲ ਗਰੁੱਪ ਪਲਾਨ ਹੈਗਾ ਆ, ਪਰ ਉਹਦੀਆਂ ਕਈ ਵਾਰੀ ਰਿਸਟ੍ਰਿਕਸ਼ਨਸ ਬਹੁਤ ਹੁੰਦੀਆਂ ਆ. ਇੱਕ ਤਾਂ ਵੱਡੀ ਰਿਸਟ੍ਰਿਕਸ਼ਨ ਜਿਹੜੀ ਆ ਭਾਅ ਜੀ, ਵੀ ਉਹਨਾਂ ਨੇ ਉਦੋਂ ਹੀ ਕਵਰ ਕਰਨਾ ਆ ਜਦੋਂ ਆਪਾਂ ਨੂੰ ਕੋਈ ਇੰਜਰੀ ਜਾਂ ਕੋਈ ਪ੍ਰੋਬਲਮ ਜਿਹੜੀ ਆਪਾਂ ਨੂੰ ਡਿਊਰਿੰਗ ਵਰਕ ਆਵਰਸ ਆਈ ਆ. ਆਪਾਂ ਜਿੱਦਾਂ ਹੁਣ ਕਹਿ ਲਓ ਵੀ ਆਪਾਂ ਘਰ ਤੋਂ ਕੰਮ ਤੋਂ ਘਰ ਨੂੰ ਡਰਾਈਵ ਕਰਕੇ ਜਾ ਰਹੇ ਹਾਂ, ਸੋ ਦੱਸ ਨਾਟ ਖਬਰ ਵੀਕਐਂਡਸ ਨਾਟ ਖਬਰ ਸੋ. ਪਰ ਜਿਹੜੀ ਆਪਣੀ ਸਟੈਂਡ ਲੋਨ ਪੋਲਿਸੀ ਆਪਾਂ ਲੈਂਦੇ ਹਾਂ, ਯੂਅਰ ਖਬਰ 24/7, ਸੋ ਚਾਹੇ ਤੁਸੀਂ ਉਹ ਘਰ ਸੀਗੇ, ਚਾਹੇ ਤੁਸੀਂ ਸਟੋਰ ਜਾਂਦੇ, ਕੋਈ ਐਕਸੀਡੈਂਟ ਹੋ ਗਿਆ, ਕੋਈ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਤੁਹਾਨੂੰ ਆ ਗਈ ਹੈ ਜਿਹਦੇ ਕਰਕੇ ਤੁਸੀਂ ਕੰਮ 'ਤੇ ਨਹੀਂ ਜਾ ਸਕਦੇ ਹੈਗੇ, ਇਟਸ 100% ਕਵਰ. ਅਤੇ ਦੂਸਰਾ ਜਿਹੜਾ ਤੁਹਾਡਾ ਕੁਐਸਚਨ ਵੀ ਪ੍ਰੀਮੀਅਮ ਦਾ, ਵੀ ਉੱਤੇ ਪ੍ਰੀਮੀਅਮ 'ਤੇ ਫਰਕ ਪੈਂਦਾ ਆ ਕਿ ਨਹੀਂ ਪੈਂਦਾ ਹੈਗਾ ਅਗਰ ਆਪਣੇ ਕੋਲ ਗਰੁੱਪ ਇੰਸ਼ੋਰੈਂਸ ਹੈਗੀ ਆ. ਨੈਚੁਰਲੀ ਆਪਾਂ ਜਿਹੜੀ ਆ ਕਹਿ ਲਓ ਵੀ ਆਪਣੀ ਇਨਕਮ ਜਿਹੜੀ ਆ, ਅਗਰ ਆਪਾਂ ਕੰਮ ਕਰ ਰਹੇ ਹਾਂ ਅਤੇ 3000 ਆਪਾਂ ਕਮਾ ਰਹੇ ਹਾਂ, ਪਰ ਜਿਹੜੀ ਆਪਣੀ ਗਰੁੱਪ ਇੰਸ਼ੋਰੈਂਸ ਆ, ਦੇ ਆਰ ਕਵਰਿੰਗ ਜੀ ਯੂਜਲੀ ਅਪ ਟੂ 65% of your income, right? So tusi top up karn vaste jehdi insurance stand alone policy ja private keh lo baharon tusi insurance le sakde ha, karke ohde fayde bahut ya, karke ik ta agar tusi oh job jehdi employer de naal kar rahe sige, agar tusi oh job nu leave kar ditta, that mean that's end of your group benefit. ਹੁਣ ਤੁਹਾਡੀ ਏਜ ਵੀ ਕਾਫੀ ਇਨਕਰੀਜ ਹੋ ਗਈ ਹੋਣੀ ਆ, ਰਾਈਟ? ਸੋ ਹੁਣ ਜੇ ਆਪਣੇ ਕੋਲ ਸਟੈਂਡ ਲੋਨ ਪੋਲਿਸੀ ਆ, ਉਹਦਾ ਆਪਣੀ ਜੋਬ 'ਤੇ ਕਿੰਜੀ ਕਹਿ ਲਓ ਵੀ ਕੋਈ ਇਫੈਕਟ ਨਹੀਂ ਹੈਗਾ. ਤੁਸੀਂ ਆਪਣੀ ਇਹ ਜਿਹੜੀ ਇੰਸ਼ੋਰੈਂਸ ਆ, ਤੁਸੀਂ ਆਪਣੀ ਜੋਬ ਦੇ ਨਾਲ ਨਾਲ ਕਿਤੇ ਵੀ ਲਿਜਾ ਸਕਦੇ ਹਾਂ, ਅਤੇ ਤੁਸੀਂ ਕਵਰ ਵੀ 24 ਆਵਰ. ਦੈਟਸ ਦ ਬਿਗ ਡਿਫਰੈਂਸ. ਜ਼ਿਆਦਾ ਬੈਨੀਫਿਟ ਹੈਗੇ. ਹਾਂਜੀ. ਔਰ ਦੇਖਿਆ ਜਾਵੇ ਜਿਹੜੀ ਲਾਈਫ ਇੰਸ਼ੋਰੈਂਸ ਆ, ਕਿਉਂਕਿ ਉੱਥੇ ਤਾਂ ਤੈਅ ਹੁੰਦਾ ਕਿ ਜਦੋਂ ਜਿਹੜਾ ਜਿਹਨੇ ਇੰਸ਼ੋਰੈਂਸ ਕਰਾਈ ਆ, ਜਦੋਂ ਉਹਦੀ ਡੈਥ ਹੁੰਦੀ ਆ, ਤਾਂ ਉਹਦੇ ਜਿਹੜੇ ਵਾਰਸ ਹੈਗੇ ਉਹਨਾਂ ਨੂੰ ਮਿਲ ਜਾਂਦੀ ਹੈਗੀ ਆਪਣੀ ਪੇਮੈਂਟ. ਔਰ ਇਹ ਜਿਹੜੀ ਇੰਸ਼ੋਰੈਂਸ ਹੈਗੀ ਹੈ ਜਿਉਂਦੇ ਜੀ ਤੁਹਾਡੇ ਵਾਸਤੇ ਆ, ਤੁਹਾਡੀ ਇਨਕਮ ਦੀ ਰੀਪਲੇਸਮੈਂਟ ਵਾਸਤੇ ਆ, ਤੁਹਾਡੇ ਮਨ ਦੀ ਸ਼ਾਂਤੀ ਲਈ ਆ. ਸੋ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਜਾਣੀ ਜ ਮਿਲਦੀ ਹੈ ਇੰਸ਼ੋਰੈਂਸ, ਜਾਂ ਕਿਸ ਤਰ੍ਹਾਂ ਦੇ ਸਰਕਮਸਟਾਂਸਿਸ ਬਣ ਜਾਂਦੇ ਆ ਜਦੋਂ ਇਹ ਇੰਸ਼ੋਰੈਂਸ ਤੁਹਾਨੂੰ ਮਿਲਦੀ ਹੈ, ਕਿਉਂਕਿ ਕਈ ਵਾਰੀ ਕੰਪਨੀਜ਼ ਰਿਜੈਕਟ ਵੀ ਕਰ ਸਕਦੀਆਂ. ਹਾਂਜੀ, ਅਗੇਨ ਭਾਜੀ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਰਕੇ ਦਿਸ ਇਨਕਮ ਇੰਸ਼ੋਰੈਂਸ ਜਿਹੜੀ ਆਪਾਂ ਇਨਕਮ ਰਿਪਲੇਸਮੈਂਟ ਇੰਸ਼ੋਰੈਂਸ ਕਹਿੰਦੇ ਹਾਂ, ਸੋ ਇਟ ਹੈਜ਼ ਟੂ ਡੂ ਵਿਦ ਦੀ ਇਨਕਮ. ਸੋ ਅਗਰ ਤੁਸੀਂ ਕੰਮ 'ਤੇ ਕਿਸੇ ਕਾਰਨ ਕਰਕੇ ਨਹੀਂ ਜਾ ਸਕਦੇ ਹੈਗੇ, ਪਰ ਡਿਪੈਂਡ ਕਰਦਾ ਵੀ ਤੁਸੀਂ ਪਲੈਨ ਕਿਹੜਾ ਲਿਆ. ਹੁਣ ਆਪਣੇ ਕੋਲ ਦੋਨੋਂ ਹੀ ਪਲੈਨ ਆ, ਇੰਜਰੀ ਪਲੈਨ ਐਂਡ ਸਿਕਨੈਸ. ਸੋ ਤੁਸੀਂ ਇੱਕ ਪਲੈਨ ਦੋਨੋਂ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਲੈ ਸਕਦੇ ਹਾਂ. ਉਹਦਾ ਪ੍ਰੀਮੀਅਮ ਜਿਹੜਾ ਆ, ਕਹਿ ਲਓ ਵੀ ਜਦੋਂ ਆਪਾਂ ਸਿਕਨੈਸ ਪਾ ਦਿੰਦੇ ਹਾਂ ਜੀ, ਪ੍ਰੀਮੀਅਮ ਜਿਹੜਾ ਥੋੜ੍ਹਾ ਆ, ਆਈ ਹੈਵ ਟੂ ਬੀ ਆਨੈਸਟ, ਥੋੜ੍ਹਾ ਜਿਹਾ ਐਕਸਪੈਂਸਿਵ ਹੋ ਜਾਂਦਾ, ਕਰਕੇ ਉਹ ਤੁਹਾਡੀ ਹੈਲਥ 'ਤੇ ਡਿਪੈਂਡ ਕਰਦਾ ਹੈ. ਉਹਦੀ ਥੋੜ੍ਹੀ ਅੰਡਰ ਰਾਈਟਿੰਗ ਵੀ ਹੋ ਜਾਂਦੀ ਆ ਜਦੋਂ ਆਪਾਂ ਸਿਕਨੈਸ ਪਾਉਂਦੇ ਹਾਂ. ਪਰ ਜਿਹੜੀ ਇੰਜਰੀ ਆ, ਇੰਜਰੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ. ਆਪਾਂ ਕੋਈ ਵੀ ਖੁਦ ਵੀ ਯੂਅਰ ਡਰਾਈਵਿੰਗ ਦ ਟਰੱਕ, ਕੋਈ ਐਕਸੀਡੈਂਟ ਹੋ ਜਾਂਦਾ ਆ, ਅਤੇ ਤੁਹਾਡੇ ਉਹ ਜਿਹੜੀ ਆ ਐਕਸੀਡੈਂਟ ਹੋਣ ਕਰਕੇ ਤੁਹਾਡੇ ਕੋਈ ਇੰਜਰੀ ਹੋ ਜਾਂਦੀ ਆ ਬਾਡੀ 'ਤੇ, ਰਾਈਟ? ਸੋ ਦੈਟਸ ਬਲੈਕ ਐਂਡ ਵਾਈਟ. ਉਹਨਾਂ ਨੇ ਜਿਹੜਾ ਕਹਿਣਾ ਵੀ ਨੋ ਪ੍ਰੋਬਲਮ, ਆਪਾਂ ਦੇਖਦੇ ਹਾਂ ਡਾਕਟਰ ਤੁਹਾਡੇ 'ਤੇ ਰਿਪੋਰਟ 'ਤੇ ਡਿਪੈਂਡ ਕਰਦਾ ਵੀ ਡਾਕਟਰ ਰਿਪੋਰਟ ਕਿੱਦਾਂ ਦੀ ਤਿਆਰ ਕਰਦੇ ਆ, ਅਤੇ ਉਹਦੇ 'ਤੇ ਉਹਨਾਂ ਨੇ ਜਿਹੜੀ ਤੁਹਾਡੀ ਇਨਕਮ ਆ, ਉਹ ਜਿਹੜੀ ਇੰਸ਼ੋਰੈਂਸ ਆ, ਉਹਦਾ ਬੈਨੀਫਿਟ ਜਿਹੜਾ ਘਰ ਬੈਠਿਆਂ ਨੂੰ ਪੇ ਕਰਨਾ ਸ਼ੁਰੂ ਕਰ ਦੇਣਾ ਹੈ. ਦੂਸਰਾ, ਕਈ ਵਾਰੀ ਆਪਾਂ ਭਾਅ ਜੀ, ਹੁਣ ਤੁਹਾਡਾ ਕੁਐਸਚਨ ਸੀ ਵੀ ਕਈ ਵਾਰੀ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਮੇ ਬੀ ਡਿਨਾਈ ਵੀ ਕਰ ਦਿੰਦੀਆਂ ਕੇਸਿਸ. ਯੈਸ, ਸਮਟਾਈਮ ਜੇ ਤੁਸੀਂ ਸਾਫਟ ਟਿਸ਼ੂ ਦੀ ਗੱਲ ਕਰਦੇ ਆ, ਉਹ ਥੋੜ੍ਹੀ ਜਿਹੀ ਗੱਲ ਜਿਹੜੀ ਆ ਲੁਕੋ ਵਾਲੀ ਰਹਿ ਜਾਂਦੀ ਆ. ਜਾਂ ਆਪਾਂ ਕਹਿ ਲਓ ਡਿਪਰੈਸ਼ਨ ਵੀ ਹੈਗਾ ਆ, ਡਿਪਰੈਸ਼ਨ ਵੀ ਹੁਣ ਆਪਾਂ ਨੂੰ ਕਈ ਵਾਰੀ ਆਪਾਂ ਨੂੰ ਪਰਸਨ ਆਪਾਂ ਦੇਖਦੇ ਹਾਂ, ਆਪਾਂ ਨੂੰ ਚੰਗੇ ਭੱਲੇ ਪੀਪਲ ਲੱਗਦੇ ਆ, ਪਰ ਡਿਪਰੈਸ਼ਨ ਜਿਹੜਾ ਹੈ ਸਮਥਿੰਗ ਦੈਟ ਯੂ ਕੈਨ ਰੀਲੀ ਟੈਲ, ਰਾਈਟ? ਕਿਉਂਕਿ ਉਹਨਾਂ ਦਾ ਉਹਨਾਂ 'ਤੇ ਉਹਨਾਂ ਦੀ ਫੈਮਿਲੀ 'ਤੇ ਕਿੰਨਾ ਪ੍ਰਭਾਵ ਪੈ ਰਿਹਾ, ਉਹਨਾਂ ਦੀ ਜਿਹੜੀ ਥਿੰਕਿੰਗ ਕਪੈਸਿਟੀ ਆ, ਉਹ ਕਿਵੇਂ ਥਿੰਕ ਕਰਦੇ ਆ, ਉਹਨਾਂ ਦਾ ਦਿਲ ਨਹੀਂ ਕਰਦਾ ਕੰਮ ਕਰਨ ਨੂੰ, ਉਹ ਆਪਣੀ ਆਪ ਦੀ ਲੁੱਕ ਆਫਟਰ ਨਹੀਂ ਕਰ ਰਹੇ ਹੈਗੇ. ਸੋ ਡਿਪਰੈਸ਼ਨ ਇਜ਼ ਲਾਈਕ ਯੂ ਨੋ ਮੈਂਟਲ ਜਿਹੜੀ ਆ, ਕਹਿ ਲਓ ਸਿਕਨੈਸ ਜਿਹੜੀ ਆ, ਇਹ ਆਪਾਂ ਨੂੰ ਦਿਸਦੀ ਨਹੀਂ ਹੈਗੀ, ਪਰ ਕਈ ਵਾਰੀ ਜਿਹੜੀ ਆ ਆਪਾਂ ਕਹਿ ਲਓ ਵੀ
ਡਿਪੈਂਡ ਕਰਦਾ ਤੁਹਾਡੀ ਡਾਕਟਰ ਦੀ ਰਿਪੋਰਟ 'ਤੇ, ਪਰ ਕਈ ਵਾਰੀ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਬਿਕੋਜ਼ ਇਜ਼ ਅ ਵੈਰੀ ਵੈਰੀ ਨਿਊ ਸਿਕਨੈਸ ਕਰਕੇ ਪਹਿਲਾਂ ਆਪਣੀ ਕਹਿ ਲਓ ਸੁਸਾਇਟੀ ਦੇ ਵਿੱਚ ਭਾਜੀ ਜੇ ਇੱਦਾਂ ਦੀ ਸਿਕਨੈਸ ਹੁੰਦੀ ਸੀ ਤਾਂ ਉਹਦਾ ਬਹੁਤ ਲਕੋਰ ਰੱਖਿਆ ਜਾਂਦਾ ਸੀ, ਅਤੇ ਆਪਣੇ ਜਿਹੜੇ ਕਹਿ ਲਓ ਵੀ ਮੈਡੀਕਲ ਇਨਵਾਇਰਮੈਂਟ ਦੇ ਵਿੱਚ ਵੀ ਸੀਗੇ ਉਹ ਵੀ ਥੋੜ੍ਹਾ ਜਿਹਾ ਡਾਇਗਨੋਜ ਨਹੀਂ ਕਰਦੇ ਸੀਗੇ ਇਸ ਚੀਜ਼ ਨੂੰ। ਪਰ ਹੁਣ ਇਜ਼ ਲਾਈਕ ਯੂ ਨੋ ਵਟ, ਗਵਰਨਮੈਂਟ ਇਜ਼ ਸਪੈਂਡਿੰਗ ਲਾਟ ਆਫ ਮਨੀ, ਈਵਨ ਦੀ ਇੰਪਲੋਇਰਸ ਲਾਟ ਆਫ ਕੰਪਨੀਜ਼ ਦੇ ਆਰ ਐਕਚੁਲੀ ਪੇਇੰਗ ਲਾਟ ਅਟੈਂਸ਼ਨ ਟੂ ਦੈਟ ਸਿਚੁਏਸ਼ਨ, ਸੋ ਦੇ ਆਰ ਲਾਈਕ ਇਜ਼ ਮੇਕਸ ਅ ਲਿਟਲ ਬਿਟ ਈਜ਼ੀਅਰ ਇਫ ਯੂ ਹੈਵ ਦੋਜ਼ ਕਾਈਂਡ ਆਫ ਸਿਕਨੈਸ ਦੈਟ ਯੂ ਕੈਨ ਨਾਟ ਰੀਅਲੀ ਸੀ, ਇਜ਼ ਨਾਟ ਬਲੈਕ ਐਂਡ ਵਾਈਟ ਬਟ ਇਜ਼ ਦੇਅਰ। ਸੋ ਇਸ ਹਾਲਤ ਵਿੱਚ ਵੀ ਆਪਾਂ ਨੂੰ ਜਿਹੜੇ ਬੈਨੀਫਿਟ ਆ ਕੰਪਨੀ ਜ਼ਰੂਰ ਦਊਗੀ, ਅਗਰ ਆਪਣਾ ਡਾਕਟਰ ਜਿਹੜਾ ਆ ਉਹਨਾਂ ਦੀ ਰਿਪੋਰਟ ਜਿਹੜੀ ਆ ਬਿਲਕੁਲ ਸਹੀ ਆ, ਤੁਹਾਡਾ ਡਾਇਗਨੋਸ ਪ੍ਰੋਪਰਲੀ ਹੋਇਆ ਆ, ਦੇਅਰ ਇਜ਼ ਨੋ ਇਸ਼ੂਸ। ਬਹੁਤ ਵਧੀਆ ਤਰੀਕੇ ਦੇ ਨਾਲ ਬਲਜੀਤ ਜੀ ਨੇ ਤੁਹਾਨੂੰ ਐਕਸਪਲੇਨ ਕੀਤਾ ਹੈਗਾ। ਜੇਕਰ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ 416-871-4168-417-4848 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੇਕਰ ਈਮੇਲ ਜ਼ਰੀਏ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਆ ਤਾਂ ਸਕਰੀਨ 'ਤੇ ਜਿਹੜਾ ਨੰਬਰ ਆ ਰਿਹਾ, ਲਾਸਟ ਨੇਮ dhinsa@dhinsa2015@gmail.com 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਵਟਸਐਪ ਕਾਲ ਕਰ ਸਕਦੇ ਹੋ, ਵਟਸਐਪ ਮੈਸੇਜ ਛੱਡ ਸਕਦੇ ਹੋ, ਟੈਕਸਟ ਮੈਸੇਜ ਛੱਡ ਸਕਦੇ ਹੋ, ਔਰ ਇਹਨਾਂ ਨਾਲ ਇੱਕ ਵਾਰੀ ਤੁਸੀਂ ਗੱਲਬਾਤ ਜ਼ਰੂਰ ਕਰਿਓ, ਤੁਹਾਨੂੰ ਬਹੁਤ ਚੰਗਾ ਲੱਗੇਗਾ, ਮੇਰਾ ਦਾਅਵਾ ਹੈ। ਔਰ ਕਿਸੇ ਵੀ ਕਿਸਮ ਦੀ ਹੋਰ ਇਨਵੈਸਟਮੈਂਟ ਦੀ ਤੁਹਾਨੂੰ ਜਾਣਕਾਰੀ ਦੀ ਚਾਹੀਦੀ ਹੈਗੀ ਹੈ, ਜਾਂ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ, ਚਾਹੇ ਉਹ ਸੁਪਰ ਵੀਜ਼ਾ ਹੋਵੇ, ਚਾਹੇ ਉਹ ਲਾਈਫ ਇੰਸ਼ੋਰੈਂਸ ਹੋਵੇ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਵੇ, RRSP ਹੋਵੇ, RESP ਹੋਵੇ, ਕਿਸੇ ਵੀ ਤਰ੍ਹਾਂ ਦੀ ਫਾਈਨੈਂਸ ਨਾਲ ਰਿਲੇਟਡ ਤੁਹਾਡੀ ਤੁਸੀਂ ਮਨੀ ਕਿਤੇ ਇਨਵੈਸਟ ਕਰਨਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਜਾਣਕਾਰੀ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਬਲਜੀਤ ਢੀਂਡਸਾ ਜੀ ਦੇ ਨਾਲ 416-871-4448-4848 'ਤੇ ਗੱਲਬਾਤ ਕਰ ਸਕਦੇ ਹੋ। ਕੋਈ ਤੁਹਾਡੇ ਕੋਲ ਫੀਸ ਨਹੀਂ ਲਈ ਜਾਏਗੀ, ਇਹਨਾਂ ਦੀ ਅਪੁਆਇੰਟਮੈਂਟ ਜ਼ਰੂਰ ਤੁਹਾਨੂੰ ਬਣਾਉਣੀ ਪਵੇਗੀ। ਔਰ ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਜ਼ੂਮ ਦੇ ਜ਼ਰੀਏ ਜਾਂ ਵਟਸਐਪ ਕਾਲ ਦੇ ਜ਼ਰੀਏ ਵੀ ਗੱਲਬਾਤ ਕੀਤੀ ਜਾ ਸਕਦੀ ਹੈ, ਜਾਂ ਜੇਕਰ ਮਾਹੌਲ ਸਿਖਾਵਾਂ ਤਾਂ ਮਿਲਿਆ ਵੀ ਜਾ ਸਕਦਾ। ਸੋ ਬਲਜੀਤ ਜੀ, ਤਕਰੀਬਨ ਜਿਹੜੇ ਮੇਰੇ ਮਾਇੰਡ ਦੇ ਵਿੱਚ ਕੁਐਸਚਨ ਸੀਗੇ ਅੱਜ ਦੇ ਟੌਪਿਕ ਰਿਲੇਟਡ, ਉਹ ਮੈਂ ਸਾਰੇ ਤੁਹਾਡੇ ਨਾਲ ਪੁੱਛ ਲਏ ਨੇ। ਜੇਕਰ ਤੁਹਾਡੇ ਕੋਲ ਕੋਈ ਵਾਪਸ ਗੱਲ ਰਹਿੰਦੀ ਹੈ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰ ਲਓ ਸਾਡੇ ਦਰਸ਼ਕਾਂ ਨਾਲ, ਆਪਣੇ ਕੋਲ 2 ਮਿੰਟ ਦਾ ਸਮਾਂ ਬਾਕੀ ਹੈ ਜੀ। ਹਾਂਜੀ, ਅਗੇਨ ਮੈਂ ਮੈਂਸ਼ਨ ਕਰਨਾ ਚਾਹੁੰਦੀ ਹਾਂ ਵੀ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਲਾਹ ਇੰਸ਼ੋਰੈਂਸ ਨੂੰ ਲੈ ਕੇ ਹੋਵੇ, ਜਾਂ ਤੁਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਹਾਂ ਆਪਣੇ ਰਿਟਾਇਰਮੈਂਟ ਵਾਸਤੇ, ਜਾਂ ਬੱਚਿਆਂ ਦੀ ਐਜੂਕੇਸ਼ਨ ਵਾਸਤੇ, ਤੁਸੀਂ ਮੇਰੇ ਨਾਲ ਕਦੇ ਵੀ ਤੁਸੀਂ ਮੈਨੂੰ ਫੋਨ ਕਰ ਸਕਦੇ ਹਾਂ, ਅਤੇ ਮੈਂ ਸਹੀ ਆਪਣੇ ਵੱਲੋਂ ਹਮੇਸ਼ਾ ਟਰਾਈ ਕਰਦੀ ਹਾਂ ਕਿ ਸਹੀ ਸਲਾਹ ਦਿੱਤੀ ਜਾਵੇ। ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮੇਰਾ ਉਹ ਜਿਹੜਾ ਪ੍ਰੋਡਕਟ ਮੈਂ ਸੈੱਲ ਕਰ ਰਹੀ ਹਾਂ ਤੁਸੀਂ ਮੇਰੇ ਕੋਲੋਂ ਹੀ ਪ੍ਰੋਡਕਟ ਬਾਈ ਕਰਨਾ ਆ, ਤੁਸੀਂ ਸਿਰਫ ਮੈਨੂੰ ਇਕੱਲਾ ਸਲਾਹ ਮਸ਼ਵਰਾ ਕਰਨਾ ਹੈ, ਤੁਸੀਂ ਮੈਨੂੰ ਫੋਨ ਕਰ ਸਕਦੇ ਹਾਂ। ਮੇਰਾ ਨੰਬਰ ਸਕਰੀਨ 'ਤੇ ਵੀ ਆ ਰਿਹਾ, 416-871-4448-4168-4848। ਅਗਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ, ਇੱਥੇ ਜਿੱਦਾਂ ਆਪਣੇ ਇੰਟਰਨੈਸ਼ਨਲ ਸਟੂਡੈਂਟ ਬੱਚੇ ਇੱਥੇ ਆਏ ਆ, ਕਈ ਵਾਰੀ ਉਹਨਾਂ ਨੂੰ ਗਾਈਡੈਂਸ ਦੀ ਸਿਰਫ ਉਹਨਾਂ ਨੂੰ ਇੱਥੇ ਦਾ ਸਿਸਟਮ ਕਹਿ ਲਓ ਜਾਂ ਮਾਹੌਲ ਜਾਂ ਕਹਿ ਲਓ ਵੀ ਇੱਥੇ ਦੀਆਂ ਪੋਲਸੀਜ਼ ਐਂਡ ਪ੍ਰੋਸੀਜਰਸ ਦਾ ਨਹੀਂ ਪਤਾ ਹੈਗਾ, ਅਗਰ ਕੋਈ ਵੀ ਉਹ ਸਲਾਹ ਲੈਣੀ ਚਾਹੁੰਦੇ ਆ ਉਹ ਮੈਨੂੰ ਫੋਨ ਕਰ ਸਕਦੇ ਆ। ਦੇਅਰ ਇਜ਼ ਆਈ ਵਿਲ ਟ੍ਰਾਈ ਟੂ ਡੂ ਮਾਈ ਬੈਸਟ ਟੂ ਹੈਲਪ ਦੈਮ, ਐਂਡ ਬਹੁਤ ਸਾਰੇ ਅਗਰ ਤੁਸੀਂ ਮੇਰਾ ਨਾਮ ਪਾ ਕੇ ਗੂਗਲ 'ਤੇ ਵੀ ਜਾਓਗੇ ਬਹੁਤ ਸਾਰੇ ਗੁੱਡ ਰਿਵਿਊ ਹਨ ਜਿਹੜੇ ਪੀਪਲਾਂ ਦੇ ਨਾਲ ਮੈਂ ਬਸ ਸਿਰਫ ਬਹੁਤ ਕਹਿੰਦੇ ਆ ਵੀ ਮੈਡਮ ਤੁਸੀਂ ਸਲਾਹ ਬਹੁਤ ਚੰਗੀ ਤਰ੍ਹਾਂ ਦਿੰਦੇ ਹਾਂ, ਵੀ ਬਹੁਤ ਅਸੀਂ ਲਾਈਕ ਕਰਦੇ ਹਾਂ ਕਰਕੇ ਬਹੁਤ। ਕਈ ਵਾਰੀ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਅਤੇ ਉਹ ਥੋੜ੍ਹਾ ਬਿਜ਼ੀ ਹੁੰਦੇ ਵੀ ਪ੍ਰੋਡਕਟ ਸੈੱਲ ਕਰਨ ਵਾਸਤੇ, ਪਰ ਮੇਰਾ ਜਿੱਦਾਂ ਕਹਿ ਲਓ ਵੀ ਮੈਂ ਹਮੇਸ਼ਾ ਟਰਾਈ ਕਰਦੀ ਹਾਂ ਆਪਣੇ ਵੱਲੋਂ ਵੀ ਮੈਂ ਜਿੰਨੀ ਮੇਰੇ ਤੋਂ ਹੈਲਪ ਹੋ ਸਕੇ ਮੈਂ ਹੈਲਪ ਕਰਨਾ ਚਾਹੁੰਦੀ ਹਾਂ ਸਾਰਿਆਂ ਦੀ। ਸੋ ਅਗਰ ਤੁਹਾਨੂੰ ਵੀ ਮਨ ਵਿੱਚ ਕੋਈ ਕੁਐਸਚਨ ਆ, ਕੋਈ ਕੰਸਰਨ ਆ ਤੁਹਾਡੀ, ਆਪਾਂ ਕਹਿ ਲਓ ਵੀ ਇੰਟਰਨੈਸ਼ਨਲ ਦਾ ਸਟੂਡੈਂਟ ਇੰਸ਼ੋਰੈਂਸ ਵਾਸਤੇ, ਅਗਰ ਜਾਂ ਤੁਹਾਡੇ ਜਿੱਦਾਂ ਨਾਲ ਸਪਾਊਸ ਵੀ ਆ ਰਹੇ ਆ ਭਾਅ ਜੀ, ਹੁਣ ਕਈ ਵਾਰੀ ਉਹਨਾਂ ਦੀ ਐਡਿਸ਼ਨ ਹੋ ਜਾਂਦੀ ਆ ਫੈਮਿਲੀ 'ਚ, ਬੱਚੇ ਹੁੰਦੇ ਆ ਇੱਥੇ, ਅਤੇ ਉਹ ਸੋਚ ਰਹੇ ਵੀ ਅਸੀਂ RESP ਕਰਾਉਣੀ ਆ ਬੱਚਿਆਂ ਦੀ, ਪਰ ਉਹਨਾਂ ਦੀ ਜਿਹੜੀ ਸਿਚੁਏਸ਼ਨ ਕਹਿ ਲਓ ਵੀ ਉਹ ਹਜੇ ਵਰਕ ਪਰਮਿਟ 'ਤੇ ਆ, ਸਿਚੁਏਸ਼ਨ ਠੀਕ ਨਹੀਂ ਹੈਗੀ, ਪਰ ਉਹਨਾਂ ਬੱਚਿਆਂ ਨੂੰ ਵੀ ਗਵਰਨਮੈਂਟ ਜਿਹੜੀ ਆ ਉਹ ਬੇਬੀ ਬੋਨਸ ਦੇ ਰਹੀ ਆ ਐਵਰੀ ਮੰਥ। ਸੋ ਮੈਂ ਇੱਥੇ ਜ਼ਰੂਰ ਕਹਿਣਾ ਚਾਹੁੰਦੀ ਹਾਂ ਵੀ ਅਗਰ ਤੁਹਾਡੀ ਜਿਹੜੀ
ਦੀ ਕਹਿ ਲਓ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਆ, ਤੁਸੀਂ ਪੈਸੇ ਨਹੀਂ ਹਜੇ ਬੱਚੇ ਲਈ ਸੇਵ ਕਰ ਸਕਦੇ RESP ਵਿੱਚ, ਪਰ ਤੁਸੀਂ ਮੈਨੂੰ ਫੋਨ ਜ਼ਰੂਰ ਇੱਕ ਵਾਰੀ ਕਰੋ, ਆਪਾਂ ਜਿਹੜਾ ਪਲੈਨ ਆ ਉਹਨਾਂ ਵਾਸਤੇ ਖੋਲ੍ਹ ਸਕਦੇ ਹਾਂ। ਕਿਉਂਕਿ ਜਦੋਂ ਆਪਾਂ ਪਲੈਨ ਉਹਨਾਂ ਦਾ ਖੋਲ੍ਹਾਂਗੇ, ਗਵਰਨਮੈਂਟ ਜਿਹੜੀ ਆ ਆਟੋਮੈਟਿਕਲੀ ਕੈਨੇਡਾ ਲਰਨਿੰਗ ਬਾਂਡ ਜਿਹੜੀ ਮਨੀ ਆ ਉਹਦੇ ਵਿੱਚ ਆਪਣੇ ਵੱਲੋਂ ਜਮ੍ਹਾਂ ਕਰਨ ਸ਼ੁਰੂ ਕਰ ਦੇਗੀ। ਸੋ ਇਹ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ, ਕਰਕੇ ਕਈ ਚੀਜ਼ਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਹੈਗਾ, ਜ਼ਰੂਰ ਅਗਰ ਤੁਹਾਨੂੰ ਇੰਸ਼ੋਰੈਂਸ, ਕਾਰ ਇੰਸ਼ੋਰੈਂਸ ਜਾਂ ਹੋਮ ਐਂਡ ਆਟੋ ਬਾਰੇ ਵੀ ਤੁਸੀਂ ਕੋਈ ਇਨਕੁਆਇਰੀ ਲੈਣੀ ਆ, ਮੇਰੇ ਨਾਲ ਮੇਰੀ ਟੀਮ ਦੇ ਵਿੱਚ ਵਰਕ ਕਰਦੇ ਆ ਜਿਹਨਾਂ ਨੂੰ ਤੁਹਾਨੂੰ ਉਹਨਾਂ ਨਾਲ ਕਨੈਕਟ ਕਰ ਸਕਦੀ ਹਾਂ, ਮੇਰੇ ਕੋਲ ਵੀ ਕੋਈ ਤੁਸੀਂ ਸਲਾਹ ਲੈਣੀ ਹੈ ਇਸ ਕਰਕੇ ਵੀ ਉਹ ਵੀ ਸਲਾਹ ਦੇ ਸਕਦੀ ਹਾਂ। ਅਗਰ ਤੁਸੀਂ ਮੌਰਗੇਜ ਵਾਸਤੇ ਦੇਖ ਰਹੇ ਹਾਂ, ਮੌਰਗੇਜ ਵਾਸਤੇ ਇੰਸ਼ੋਰੈਂਸ, ਜਾਂ ਤੁਸੀਂ ਕਹਿੰਦੇ ਹਾਂ ਵੀ ਮੈਂ ਮੌਰਗੇਜ ਨਵਾਂ ਘਰ ਲੈ ਰਿਹਾ ਹਾਂ, ਮੈਂ ਮੌਰਗੇਜ ਬਾਰੇ ਗੱਲਬਾਤ ਕਰਨੀ ਆ, ਤੁਸੀਂ ਉਹਦੇ ਬਾਰੇ ਵੀ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹਾਂ। ਨੰਬਰ ਮੇਰਾ ਅਗੇਨ ਇਜ਼ 416-871-4848। ਥੈਂਕ ਯੂ। ਬਿਲਕੁਲ ਜੀ, ਜੇਕਰ ਤੁਸੀਂ ਸੇਵਾਵਾਂ ਲੈਣੀਆਂ ਤਾਂ ਬਿਲਕੁਲ ਤੁਹਾਨੂੰ ਕਾਲ ਕਰਨੀ ਪਵੇਗੀ, ਅਪੁਆਇੰਟਮੈਂਟ ਬਣਾਉਣੀ ਪਵੇਗੀ, ਕਿਉਂਕਿ ਅਸੀਂ ਜਿਹੜੀ ਇੱਥੇ ਇੱਕ ਜਨਰਲ ਗੱਲ ਕਰਦੇ ਹੈਗੇ ਹਾਂ, ਔਰ ਜੇਕਰ ਦੇਖਿਆ ਜਾਵੇ ਤਾਂ ਤੁਹਾਡੇ ਸਰਕਮਸਟਾਂਸਿਸ ਡਿਫਰੈਂਟ ਹੋ ਸਕਦੇ ਆ, ਸੋ ਉਹਦੇ ਨਾਲ ਜਿਹੜੀ ਆ ਗੱਲਬਾਤ ਕੁਛ ਹੋਰ ਤਰੀਕੇ ਨਾਲ ਕੀਤੀ ਜਾ ਸਕਦੀ ਆ, ਤੁਹਾਡੀਆਂ ਲੋੜਾਂ ਨੂੰ ਮੁੱਖ ਰੱਖ ਕੇ, ਤੁਹਾਡੀ ਇਨਕਮ ਨੂੰ ਦੇਖ ਕੇ, ਤੁਹਾਡੀਆਂ ਜ਼ਰੂਰਤਾਂ ਨੂੰ ਦੇਖ ਕੇ ਜਿਹੜੀ ਹੈਗੀ ਆ ਉਹ ਸਹੀ ਤਰੀਕੇ ਨਾਲ ਰਾਏ ਦਿੱਤੀ ਜਾ ਸਕਦੀ ਆ। ਇੱਥੇ ਅਸੀਂ ਜਸਟ ਬੇਸਿਕ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ। ਸੋ ਉਮੀਦ ਆ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਲਈ ਫਿਰ ਨਵੇਂ ਸੈਗਮੈਂਟ ਲੈ ਕੇ ਪੇਸ਼ ਆਉਂਗੇ। ਤਦ ਤੱਕ ਸਾਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।